ਹਾਜ਼ਰੀਨ ਦੋਸਤੋ, ਅੱਜ ਇਸ ਰੰਗਲੀ ਸ਼ਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਦਾ ਇਹ ਪ੍ਰੋਗਰਾਮ ਸਪੈਸ਼ਲ ਤੌਰ 'ਤੇ ਤੁਹਾਡੇ ਵਾਸਤੇ, ਫੈਮਿਲੀਜ਼ ਦੇ ਵਾਸਤੇ ਰੱਖਿਆ ਗਿਆ। ਇਸ ਸ਼ੋਅ ਦੇ ਵਿੱਚ ਕੋਈ ਵੀ ਟਿਕਟ ਵਗੈਰਾ ਨਹੀਂ ਸੇਲ ਕੀਤੀ ਗਈ, ਕਿਉਂਕਿ ਤੁਹਾਡਾ ਸਾਰਿਆਂ ਦਾ ਆਪਣਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਅਤੇ ਤੁਹਾਡਾ ਭਰਪੂਰ ਮਨੋਰੰਜਨ ਕਰਨ ਵਾਸਤੇ ਸਾਡੇ ਕੋਲ ਅੱਜ ਪਹੁੰਚੇ ਨੇ ਐਚ ਐਸ ਭਜਨ ਹੋਰਾਂ ਦੀ ਡਿਮਾਂਡ ਦੇ ਉੱਤੇ ਨਿਰਮਲ ਸਿੱਧੂ। ਇੱਕ ਵਾਰੀ ਜ਼ੋਰਦਾਰ ਤਾੜੀਆਂ ਨਿਰਮਲ ਸਿੱਧੂ ਦੇ ਨਾਂ ਦੇ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਵੀਰਾਂ ਨੇ ਹਿੱਸਾ ਪਾਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਐਚ ਐਸ ਭਜਨ ਹੋਰਾਂ ਦੇ ਸਾਰੇ ਹੀ ਬਹੁਤ ਚਹੇਤੇ ਨੇ। ਉਹਨਾਂ ਦੇ ਪਿਛਲੇ 25-30 ਸਾਲ ਤੋਂ ਗੀਤ ਤੁਸੀਂ ਇੱਥੇ ਸੁਣਦੇ ਆ ਰਹੇ ਹਾਂ, ਜੋ ਕਿ ਹਮੇਸ਼ਾ ਨਿਸ਼ਕਾਮ ਸੇਵਾ ਜਿਹਨੇ ਪੰਜਾਬੀ ਦੀ ਕੀਤੀ ਹੈ। ਇਹ ਕਹਿ ਲਓ ਕਿ ਇਸ ਅਮੈਰੀਕਾ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਇਹਨਾਂ ਨੇ ਜੋ ਰੰਗਾਰੰਗ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ, ਅਤੇ ਖੁਦ ਆਪ ਅੱਛੇ ਬਹੁਤ ਗਾਇਕ ਨੇ ਅਤੇ ਪ੍ਰਵਾਸੀ ਭਾਰਤੀ ਜਿਹੜੇ ਕਿ ਗਾਇਕ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਸਨਮਾਨਿਤ ਕੀਤਾ ਗਿਆ। ਇੱਕ ਵਾਰੀ ਜ਼ੋਰਦਾਰ ਤਾੜੀਆਂ ਐਚ ਐਸ ਭਜਨ ਦੇ ਉਹਨਾਂ ਦੇ ਨਾਂ ਦੇ ਉੱਤੇ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਵਾਸਤੇ ਉਲੀਕਿਆ, ਬੜੀ ਮਿਹਨਤ ਕੀਤੀ ਹੈ। ਉਹਨਾਂ ਦੇ ਵਿੱਚ ਚਰਨ ਭੰਡਾਲ, ਕੁਲਦੀਪ ਭੰਡਾਲ, ਮੰਗਾ ਭੰਡਾਲ ਅਤੇ ਨਾਲ ਦੇ ਗੁਰਜੀਤ ਗਿੱਲ ਅਤੇ ਦੂੜਾ ਸਾਹਿਬ ਅਤੇ ਸ਼ੀਰਾ ਨਾਹਲ, ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਸਾਡੇ ਕੋਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪਹੁੰਚੇ ਨੇ। ਗਰਵਾਲ ਸਾਹਿਬ ਪਹੁੰਚੇ ਆ ਅਤੇ ਕਿਰਪਾਲ ਅਟਵਾਲ ਪਹੁੰਚੇ ਆ, ਨਾਗਰਾਜ ਸਾਹਿਬ ਪਹੁੰਚੇ ਆ, ਲਖਵੀਰ ਸਿੰਘ ਪਟਵਾਰੀ ਸਾਡੇ ਕੋਲ ਪਹੁੰਚੇ ਨੇ ਰੇਡੀਓ ਚੜ੍ਹਦੀ ਕਲਾ ਤੋਂ, ਅਤੇ ਹੋਰ ਸਾਡੇ ਬਹੁਤ ਵੀਰ ਜਿਹੜੇ ਇੱਥੇ ਆਏ ਆ, ਜਗਤਾਰ ਗਿੱਲ ਸਾਡੇ ਕੋਲ ਪਹੁੰਚੇ ਆ, ਕੁਲਵੀਰ ਸੈਣੀ ਪਹੁੰਚੇ ਆ, ਅਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਜਿਹੜੇ ਵੀ ਪਰਿਵਾਰ ਇਹਨਾਂ ਦੇ ਸੱਦੇ ਦਿੱਤੇ ਆਏ ਨੇ, ਲਓ ਤੁਹਾਡੇ ਅਤੇ ਕਲਾਕਾਰਾਂ ਦੇ ਵਿਚਕਾਰ ਨਾਂ ਬਹੁਤਾ ਖੜਾ ਹੁੰਦਾ ਹੈ। ਮੈਂ ਰਿਕੁਐਸਟ ਕਰਦਾ ਕਿ ਅਸੀਂ ਜਿਹੜਾ ਪ੍ਰੋਗਰਾਮ ਸਾਡਾ ਮੇਨ ਤਾਂ ਹੈ ਨਿਰਮਲ ਸਿੱਧੂ ਹੋਰਾਂ ਦਾ, ਅਤੇ ਸਾਡੇ ਕੋਲ ਬੀਬੀ ਆਸ਼ਾ ਜੀ ਨੇ ਵੀ ਬਾਅਦ ਵਿੱਚ ਸਟੇਜ ਸੰਭਾਲਣੀ ਹੈ, ਅਤੇ ਮੈਂ ਰਿਕੁਐਸਟ ਕਰਦਾ ਮਨਜੀਤ ਚਾਹਲ, ਮਨਜੀਤ ਚਾਹਲ ਜੋ ਕਿ ਬਹੁਤ ਹੀ ਅੱਛਾ ਕਮੇਡੀਅਨ ਹੈ ਅਤੇ ਬਹੁਤ ਹੀ ਅੱਛਾ ਕੋਰੀਓਗ੍ਰਾਫਰ ਹੈ, ਅਤੇ ਉਹ ਤੁਹਾਡੀਆਂ ਜੋ ਤੁਹਾਡਾ ਮਨੋਰੰਜਨ ਕਰਨਗੇ ਦੋ ਚਾਰ ਕਵਿਤਾਵਾਂ ਦੇ ਨਾਲ। ਮਨਜੀਤ ਚਾਹਲ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ।